ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਜ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ ਮੀਟਿੰਗ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸਾਬਕਾ ਜਿਹੜੇ ਮੁੱਖ ਮੰਤਰੀ ਸੀਗੇ ਉਸ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਗੱਲ ਇਹ ਹੈ ਕਿ ਸਰਕਾਰ ਆਪਣੇ ਨਾ ਮੁੱਦਿਆਂ ਤੋਂ ਭਟਕ ਚੁੱਕੀ ਹੈ ਦੇਖੋ ਜਦੋਂ ਆਪਣੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ 24 ਘੰਟੇ ਹਰ ਵੇਲੇ ਕਾਂਡੀ ਤੇ ਸੀ ਖੜਕਦੀ ਰਹਿੰਦੀ ਸੀ ਸੜਕਾਂ ਤੋਂ ਲਾ ਕੇ ਕੋਈ ਕੰਮ ਐਸਾ ਨਹੀਂ ਸੀ ਪਿੰਡਾਂ ਤੋਂ ਲਾ ਕੇ ਸ਼ਹਿਰਾਂ ਤੱਕ ਸਾਰੇ ਕੰਮ ਚੱਲੀ ਜਾਂਦੇ ਸੀ ਹੁਣ ਕੀ ਆਪਾਂ ਨੂੰ ਦੇਖ ਲਿਆ ਜਦੋਂ ਦੀ ਸਰਕਾਰ ਬਣੀ ਹੈ ਤਕਰੀਬਨ ਕੰਮ ਤਾਂ ਸਾਰੇ ਰੁਕੇ ਹੀ ਪਏ ਆ ਸੜਕਾਂ ਦਾ ਦੇਖ ਲਓ ਸ਼ਹਿਰ ਦੀਆਂ ਦਾ ਕੀ ਬੁਰਾ ਹਾਲ ਹੈ ਹਰ ਚੀਜ਼ ਦਾ ਬੁਰਾ ਹਾਲ ਹੈ ਔਰ ਇਸ ਚੀਜ਼ ਨੂੰ ਛੁਪਾਉਣ ਵਾਸਤੇ ਉਹ ਮੁੱਦੇ ਜਿਹੜੇ ਆ ਗਲਤ ਭੜਕਾਊ ਮੁੱਦਿਆਂ 'ਤੇ ਲੈ ਕੇ ਜਾ ਰਹੀ ਹੈ ਇਸ ਲਈ ਅੱਜ ਜਿਹੜੀ ਅਸੀਂ ਰੈਲੀ ਜਿਹੜੀ ਅੱਜ ਦਾ ਜਿਹੜਾ ਸਾਡਾ ਇਕੱਠ ਹੈ ਉਹ ਇਹ ਦੱਸੂਗਾ ਵੀ ਇਹਨਾਂ ਨੇ ਆਪਣੇ ਇੰਨੇ ਟਾਈਮ ਦੇ ਵਿੱਚ ਕੀ ਕੀਤਾ ਵਿਕਾਸ ਦੇ ਨਾਂ 'ਤੇ ਪੰਜਾਬ ਸਰਕਾਰ ਵੱਲੋਂ 1.5 ਸਾਲ 'ਚ ਜੋ ਵਿਕਾਸ ਕੀਤਾ ਗਿਆ ਹੈਗਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਵਿਕਾਸ ਹੋਇਆ ਹੀ ਕੁਛ ਨਹੀਂ ਜੀ ਅਸੀਂ ਤਾਂ ਇਹੀ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਇਹ ਜਿਹੜੇ ਇੰਨੇ ਟਾਈਮ 'ਚ ਸਾਨੂੰ ਇੱਕ ਚੀਜ਼ ਗਿਣਾ ਦਿਓ ਵੀ ਅਸੀਂ ਆਹ ਕੰਮ ਕੀਤਾ ਪਤਾ ਨਾ ਲੱਗੇ ਸਾਨੂੰ ਕੀ ਕੀਤਾ ਇੱਕ ਅਪੋਜੀਸ਼ਨ ਦੇ ਮੁਕਾਬਲੇ ਅਪੋਜੀਸ਼ਨ ਦਾ ਕੰਮ ਹੁੰਦਾ ਰੈਲੀਆਂ ਕਰਨਾ ਸਰਕਾਰ ਨੂੰ ਜਗਾਉਣਾ ਉਹਦੇ ਮੁਕਾਬਲੇ ਖੁਦ ਸਰਕਾਰ ਅੱਜ ਰੈਲੀ ਕਰਨ ਜਾ ਰਹੀ ਹੈ ਉਹਦੇ ਬਾਰੇ ਕੀ ਗੱਲ ਇਹ ਹੈ ਜੀ ਸਰਕਾਰ ਕੋਲ ਮੁੱਦਾ ਹੀ ਕੋਈ ਨਹੀਂ ਮੁੱਦਾ ਵਿਹੀਨ ਹੈ ਜਦ ਕੋਈ ਮੁੱਦਾ ਹੀ ਨਹੀਂ ਤਾਂ ਇਹਦਾ ਮਤਲਬ ਹੈ ਵੀ ਉਹ ਰੈਲੀਆਂ ਕਰਕੇ ਹੁਣ ਕੀ ਆ ਕਿ ਤੁਹਾਨੂੰ ਭੜਕਾ ਰਹੀ ਆ ਵੀ ਕਿਸੇ ਤਰੀਕੇ ਨਾਲ ਜਨਤਾ ਨੂੰ ਦੂਸਰੀ ਸਾਈਡ ਲੈ ਕੇ ਜਾਇਆ ਜਾਵੇ ਔਰ ਇਹ ਸਾਨੂੰ ਪੁੱਛਣ ਹੀ ਨਾ ਵੀ ਵਿਕਾਸ ਕੀ ਕੀਤਾ ਇਹ ਆਪਣੇ ਵਿਕਾਸ ਨੂੰ ਛੁਪਾਉਣ ਦੀ ਖਾਤਰ ਉਹ ਰੈਲੀਆਂ ਕਰ ਰਹੀ ਹੈ ਤੁਹਾਡੇ ਏਰੀਆ ਦੀ ਗੱਲ ਕਰੀਏ ਚੰਡੀਗੜ੍ਹ ਰੋਡ ਜਮਾਲਪੁਰ ਸਾਈਡ ਦੀ ਉਸ ਏਰੀਆ ਤੋਂ 7 ਤਰੀਕ ਦੀ ਰੈਲੀ ਜੀ ਕਿੰਨਾ ਕੁ ਇਕੱਠ ਕਹਿ ਸਕਦੇ ਆ ਜਾ ਰਿਹਾ ਦੇਖੋ ਜੀ ਸਾਡੀ ਜਿਹੜੀ ਪਟਿਆਲੇ ਰੈਲੀ ਆ 7 ਤਰੀਕ ਨੂੰ ਦੇਖੋ ਸਾਡੀਆਂ ਜਿਹੜੀਆਂ ਉੱਥੇ ਅੰਦਾਜ਼ਾ ਹੈ ਵੀ 5-6 ਬੱਸਾਂ ਤਾਂ ਸਾਡੇ 19 ਵਾਰਡ 'ਚ ਜਾਣਗੀਆਂ ਔਰ ਕਾਰਾਂ ਦਾ ਕਾਫਲਾ 100 ਕਾਰ ਜਾ ਰਹੀ ਹੈ 100 ਕਾਰ ਦਾ ਕਾਫਲਾ ਸਾਡੇ ਏਰੀਏ ਜਾ ਰਿਹਾ ਔਰ ਪੂਰਾ ਇਕੱਠ ਹੋਏਗਾ ਜੀ ਵਰਮਾ ਏਸੀ ਜੀ ਰਵਿੰਦਰ ਵਰਮਾ ਜੀ ਸਾਡੇ ਨਾਲ ਲੁਧਿਆਣਾ ਤੋਂ ਧੰਨਵਾਦ ਸਰ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼